ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਚਲੋ ਦੋਸਤੋ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤਾਂ ਦੋਸਤੋ, ਲਿਸਟ ਆਫ ਐਗਜ਼ਾਮੀਨੇਸ਼ਨ ਸੈਂਟਰ ਫੋਰ ਦਾ ਪੋਸਟ ਆਫ ਇਲੈਕਸ਼ਨ ਕਾਨੂੰਗੋ। ਦੋਸਤੋ, ਜਿਨ੍ਹਾਂ ਨੇ ਕਾਨੂੰਗੋ ਦੀਆਂ ਪੋਸਟਾਂ ਭਰੀਆਂ ਸੀ, ਜਿਨ੍ਹਾਂ ਦਾ ਪੇਪਰ 23 ਸਤੰਬਰ 2021 ਨੂੰ 3 ਵਜੇ ਹੋਣਾ ਹੈ, ਉਹਨਾਂ ਦੀਆਂ ਸੈਂਟਰ ਦੀਆਂ ਲਿਸਟਾਂ ਆ ਚੁੱਕੀਆਂ ਨੇ। ਜੀ ਹਾਂ ਦੋਸਤੋ, ਸੈਂਟਰ ਸਾਰੇ ਹੀ ਸਾਰੇ ਚੰਡੀਗੜ੍ਹ ਬਣੇ ਨੇ। ਜੀ ਹਾਂ ਦੋਸਤੋ, ਸੈਂਟਰ ਸਾਰੇ ਦੇ ਸਾਰੇ ਚੰਡੀਗੜ੍ਹ ਬਣੇ ਨੇ। ਪਹਿਲਾ ਸੈਂਟਰ ਹੈ ਦੋਸਤੋ SGGS ਕਾਲਜ ਪਬਲਿਕ ਸਕੂਲ ਸੈਕਟਰ 26 'ਚ, ਦੂਸਰਾ ਹੈ ਮਾਡਰਨ ਵੇ ਸਕੂਲ ਮਾਡਲ ਸਕੂਲ ਸੈਕਟਰ 29C 'ਚ, ਤੀਸਰਾ ਹੈ GGDSD ਕਾਲਜ ਸੈਕਟਰ 32C 'ਚ, ਅਤੇ ਚੌਥਾ ਹੈ ST ਜੋਸਫ ਸੀਨੀਅਰ ਸੈਕੰਡਰੀ ਸਕੂਲ ਸੈਕਟਰ 44 'ਚ। ਤਾਂ ਦੋਸਤੋ, ਪਹਿਲੇ ਸੈਕਟਰ 'ਚ ਨੇ ਸੈਂਟਰ 'ਚ ਨੇ ਜਿਹੜੇ ਉਹ 600 ਕੈਂਡੀਡੇਟ ਨੇ, ਫਿਰ 408 ਕੈਂਡੀਡੇਟ ਨੇ, ਫਿਰ 1008 ਨੇ, ਫਿਰ 1243 ਕੈਂਡੀਡੇਟ ਨੇ। ਤਾਂ ਦੋਸਤੋ, ਪਹਿਲੇ ਕੈਂਡੀਡੇਟ 'ਚ 1001 ਨਹੀਂ ਦੋਸਤੋ 1 ਰੋਲ ਨੰਬਰ ਤੋਂ ਲੈ ਕੇ 600 ਰੋਲ ਨੰਬਰ ਤੱਕ, ਫਿਰ 601 ਤੋਂ ਲੈ ਕੇ 1008 ਤੱਕ, ਫਿਰ 1009 ਤੋਂ ਲੈ ਕੇ 2016 ਤੱਕ, ਫਿਰ 2017 ਤੋਂ ਲੈ ਕੇ 3259 ਤੱਕ। ਜੀ ਹਾਂ ਦੋਸਤੋ, ਇੱਦਾਂ ਆਪਣੇ ਰੋਲ ਨੰਬਰ ਵਾਈਜ਼ ਲਿਸਟ ਲੱਗ ਚੁੱਕੀ ਹੈ। ਤਾਂ ਦੋਸਤੋ, ਇਹ ਜਾਣਕਾਰੀ ਕਿਵੇਂ ਦੀ ਲੱਗੀ, ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ, ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਅਤੇ ਹੋਰ ਅਜਿਹੀਆਂ ਜਾਣਕਾਰੀਆਂ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਨਵੀਆਂ ਅਪਡੇਟ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ। ਧੰਨਵਾਦ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਦੇ ਲਈ।